2009 ਦੇ ਵਿੱਚ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਵੀ ਜਿੰਨਾ ਚਿਰ ਤੁਸੀਂ ਜਗ੍ਹਾ ਪ੍ਰੋਵਾਈਡ ਨਹੀਂ ਕਰਦੇ ਜ਼ੋਨ ਨਹੀਂ ਬਣਾਉਂਦੇ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ। ਮਗਰ ਸਾਨੂੰ 9 ਸਾਲ ਹੋ ਗਏ ਕਾਰਪੋਰੇਸ਼ਨ ਦੇ ਤੱਕੇ ਖਾਂਦੇ ਆ, ਸਰਕਾਰ ਕੋਲੋਂ ਐਪਲੀਕੇਸ਼ਨਾਂ ਸਭ ਮੰਗ ਪੱਤਰ ਦਿੰਦੇ ਹੋਏ ਆ, ਕਾਰਪੋਰੇਸ਼ਨ ਨੇ ਕੋਈ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ। ਅਸੀਂ ਮੱਥਾ ਮਾਰਦੇ ਰਹਿੰਦੇ ਆ, ਹੁਣ ਤੱਕ ਵੀ ਮੱਥਾ ਮਾਰਦੇ ਪਏ ਆ। ਅਸੀਂ ਸਟਰੀਟ ਵੈਂਡਰ, ਸਾਨੂੰ ਪਤਾ ਵੀ ਕਿਹੜੇ ਸਟਰੀਟ ਵੈਂਡਰ ਹੈਗੇ ਆ, ਅਸੀਂ ਲਿਆ ਕੇ ਬਿਠਾਉਂਦੇ ਆ। ਜਿਹੜੀ ਪਾਲਿਸੀ ਦੇ ਮੁਤਾਬਕ ਤੁਸੀਂ ਕੰਮ ਕਰੋ, ਇਹ ਨਹੀਂ ਵੀ ਚਲੋ ਜੀ ਤੁਸੀਂ ਬੈਠ ਜਾਓ, ਦੂਜੇ ਬੰਦੇ ਆ ਕੇ ਵਿੱਚ ਬੈਠ ਜਾਣ, ਸਟਰੀਟ ਵੈਂਡਰ ਫਿਰ ਬਾਹਰ ਖੜਾ ਹੋ ਜਾਵੇ। ਵੀ ਜਿਹੜੀ ਕਰੋੜਾਂ ਰੁਪਏ ਦੀ ਕਰਪਸ਼ਨ ਸ਼ਹਿਰ 'ਚ ਹੋ ਰਹੀ ਆ, ਉਹ ਸਭ ਤੋਂ ਵੱਡੀ ਮੇਨ ਗੱਲ ਹੈ। ਉਹੀ ਵੈਂਡਿੰਗ ਜ਼ੋਨ ਨਹੀਂ ਬਣਨ ਦੇ ਰਹੀ। ਕਰਪਸ਼ਨ ਦਾ ਸਿਸਟਮ ਇੱਦਾਂ ਬਣਾਇਆ ਹੈ ਵੀ ਉਸ ਬੰਦੇ ਨੇ, ਜਿਹੜੇ ਬੰਦੇ ਨੇ ਰਸੀਦ ਮੰਗਣੀ ਆ, ਉਹ ਬੰਦੇ ਨੂੰ ਇਹਨਾਂ ਨੇ ਰੇਹੜੀ ਦੇਣੀ ਹੀ ਨਹੀਂ। ਤੁਸੀਂ ਪੈਸੇ ਉਹਨਾਂ ਜੇ ਵੀ ਪਾ ਦਿਓ ਰੇਹੜੀ, ਉਸ ਟਾਈਮ ਅੱਧੇ ਘੰਟੇ ਘੰਟੇ ਬਾਅਦ ਵਾਪਸ ਲੈ ਆਓ। ਇਹ ਸਾਡੇ ਇਲਜ਼ਾਮ ਲਾਉਂਦੇ ਆ ਵੀ ਬੈਠ ਦੇਣੀ। ਮੈਂ ਅੱਜ ਇੱਥੇ ਖੜਾ, ਡਾਇਰੈਕਟਰ ਸਾਹਿਬ ਆਉਣ, ਅਸੀਂ ਸਟਰੀਟ ਵੈਂਡਰ ਦੇ ਦਿੰਦੇ ਹਾਂ, ਕਾਰਡ ਦੇ ਦਿੰਦੇ ਤੁਹਾਨੂੰ, ਬਿਠਾਓ, ਅਸੀਂ ਬੈਠਣ ਨੂੰ ਹੁਣੇ ਬੈਠੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਤੇ ਮੈਂ ਤੁਹਾਡੇ ਨਾਲ ਸੁਸ਼ੀਲ ਮਚਾਨ। ਲੁਧਿਆਣਾ ਲਾਈਵ ਦੀ ਟੀਮ ਅੱਜ ਪਹੁੰਚੀ ਹੈ ਡੁਗਰੀ, ਜਿੱਥੇ ਇੱਕ ਸਰਕਾਰਾਂ ਵੱਲੋਂ ਗਲਾਡਾ ਵੱਲੋਂ ਵੈਂਡਿੰਗ ਜ਼ੋਨ ਬਣਾਇਆ ਗਿਆ, ਔਰ ਸਾਡੇ ਨਾਲ ਅੱਜ ਇਕੱਠੇ ਹੋਏ ਨੇ ਰੇਹੜੀਆਂ ਫੜੀਆਂ ਦੇ ਭਾਈਚਾਰੇ ਦੇ ਲੋਕ, ਜਿੱਥੇ ਤਾਂ ਆਏ ਦਿਨ ਤੁਹਾਨੂੰ ਤਸਵੀਰਾਂ ਦੇਖਣ ਨੂੰ ਮਿਲਦੀਆਂ ਹੀ ਨੇ ਕਿ ਕਾਰਪੋਰੇਸ਼ਨ ਵੱਲੋਂ ਨਜਾਇਜ਼ ਕਿਸੇ ਦੀਆਂ ਰੇਹੜੀਆਂ ਨੂੰ ਚੱਕਿਆ ਜਾਂਦਾ ਅਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ। ਮਗਰ ਅੱਜ ਇਹ ਇੱਥੇ ਇਕੱਠੇ ਹੋਏ ਨੇ, ਇਹ ਉਹ ਵੈਂਡਿੰਗ ਜ਼ੋਨ ਹੈ ਜੋ ਕਾਫੀ ਟਾਈਮ ਤੋਂ ਬਣ ਕੇ ਤਿਆਰ ਖੜਾ ਹੋਇਆ ਔਰ ਇੱਕ ਉਜਾੜ ਹੋਇਆ ਪਿਆ। ਸਰਕਾਰ ਦਾ ਕਰੋੜਾਂ ਰੁਪਈਆ ਲੱਗ ਕੇ ਇੱਕ ਵਿਅਰਥ ਜਾ ਰਿਹਾ ਹੈਗਾ, ਔਰ ਉਹ ਸਿਰਫ ਜਿਹੜੀ ਮਿਹਰਬਾਨੀ ਹੈਗੀ ਹੈ ਉਹ ਹੈਗੀ ਹੈ ਗਲਾਡਾ ਦੀ ਇੱਕ ਮਿਹਰਬਾਨੀ ਦੀ ਵਜ੍ਹਾ ਨਾਲ ਇਹ ਸਾਰਾ ਉਜਾੜ। ਤੁਹਾਨੂੰ ਮੈਂ ਕੈਮਰਾਮੈਨ ਨੂੰ ਵੀ ਕਹਾਂਗਾ, ਇੱਕ ਵਾਰ ਦਿਖਾਓ ਤਸਵੀਰਾਂ। ਇਹ ਜਿਹੜੀ ਤਸਵੀਰਾਂ ਨੇ ਕਿਤੇ ਨਾ ਕਿਤੇ ਇਹ ਸਾਬਤ ਕਰ ਰਹੀਆਂ ਨੇ, ਇਹ ਜਿਹੜਾ ਉਜਾੜ ਹੈ, ਕਰੋੜਾਂ ਰੁਪਈਆ ਉਜਾੜਿਆ ਗਿਆ ਇਹਨਾਂ ਰੇਹੜੀ ਫੜੀਆਂ ਵਾਲਿਆਂ ਦੇ ਨਾਮ 'ਤੇ, ਔਰ ਅੱਜ ਵੀ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਆਪਣੀ ਕਰਪਸ਼ਨ ਦੇ ਪੈਸੇ ਦੇ ਨਾਂ 'ਤੇ। ਉਹ ਕਰਪਸ਼ਨ ਦਾ ਇੱਕ ਇਹੋ ਜਿਹਾ ਪਰਦਾ ਫਾਸ਼ ਕਰਨ ਜਾ ਰਹੇ ਹਾਂ ਜਿੱਥੇ ਨਜਾਇਜ਼ ਇੱਕ ਗਰੀਬ ਬੰਦਿਆਂ ਨੂੰ ਪਰੇਸ਼ਾਨ ਕਰਕੇ ਉਹਨਾਂ ਦੀਆਂ ਰੇਹੜੀਆਂ ਚੱਕੀਆਂ ਜਾਂਦੀਆਂ ਨੇ, ਉਹਨਾਂ ਦੇ ਕਈ ਫਰੂਟ ਉਲਟਾ ਦਿੱਤੇ ਜਾਂਦੇ ਨੇ, ਕਈ ਰੇਹੜੀਆਂ ਦਾ ਸਮਾਨ ਚੱਕ ਕੇ ਲੈ ਕੇ ਜਾਏ ਜਾਂਦੇ ਨੇ, ਮਗਰ ਉਹਨਾਂ ਦੇ ਚਲਾਨ ਦੇ ਨਾਮ 'ਤੇ ਖਾਨਾ ਪੂਰਤੀ ਕਰਕੇ ਬਿਨਾਂ ਚਲਾਨ ਤੋਂ ਉਹਨਾਂ ਤੋਂ ਪੈਸੇ ਵਸੂਲੇ ਜਾਂਦੇ ਨੇ। ਅਗਰ ਕੋਈ ਰਸੀਦ ਮੰਗਦਾ ਤਾਂ ਉਹਨੂੰ 5-5, 6-6 ਦਿਨ ਵੀ ਲਟਕਾਇਆ ਜਾਂਦਾ। ਅਜਿਹੀਆਂ ਜਿਹੜੀਆਂ ਕੰਪਲੇਂਟਾਂ ਸਾਡੇ ਕੋਲ ਕਈ ਲੋਕਾਂ ਦੀਆਂ ਪਹੁੰਚਦੀਆਂ ਨੇ ਅਤੇ ਅੱਜ ਉਹ ਲੋਕ ਵੀ ਰੂਬਰੂ ਹੋਣ ਵਾਸਤੇ ਸਾਹਮਣੇ ਖੜ੍ਹੇ ਆ ਚੁੱਕੇ ਨੇ। ਦੋਸਤੋ, ਇਹ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਇੱਕ ਰਿਕੁਐਸਟ ਹੈਗੀ ਹੈ, ਇੱਕ ਦਰਖਾਸਤ ਹੈ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਇੱਧਰ ਉੱਧਰ ਦੀ ਆਪਾਂ ਬਹੁਤ ਖਬਰਾਂ ਸ਼ੇਅਰ ਕਰਦੇ ਹਾਂ, ਮਗਰ ਅੱਜ ਦੀ ਇਹ ਖਬਰ ਬਹੁਤ ਜ਼ਰੂਰੀ ਹੈ, ਇਹ ਆਮ ਗਰੀਬ ਲੋਕਾਂ ਵਾਸਤੇ, ਇਹ ਆਮ ਇਨਸਾਨਾਂ ਵਾਸਤੇ, ਜਿਹੜੇ ਕਿ ਆਮ ਆਦਮੀ ਪਾਰਟੀ ਨੇ ਇਹਨਾਂ ਆਮ ਇਨਸਾਨਾਂ ਦੇ ਨਾਮ 'ਤੇ ਵੋਟ ਮੰਗੀ ਸੀਗੀ, ਆਮ ਲੋਕਾਂ ਦੇ ਨਾਮ 'ਤੇ ਵੋਟ ਮੰਗੀ ਸੀਗੀ। ਅੱਜ ਇਹੀ ਲੋਕ ਨੇ ਜੋ ਇੱਥੇ ਖੜ੍ਹ ਕੇ ਪਰੇਸ਼ਾਨ ਹੋ ਰਹੇ ਨੇ। ਗੱਲ ਕਰਦੇ ਹਾਂ ਕੀ ਮਕਸਦ ਹੈ ਅੱਜ ਦਾ ਇੱਥੇ ਖੜ੍ਹੇ ਹੋਣ ਦਾ ਅਤੇ ਕੀ ਸਮੱਸਿਆਵਾਂ ਆ ਰਹੀਆਂ ਨੇ, ਕੀ ਪ੍ਰੋਬਲਮ ਆ ਰਹੀ ਹੈ ਜੀ ਤੁਹਾਨੂੰ ਅੱਜ ਵੈਂਡਿੰਗ ਜੋੜ ਜਿਹੜਾ ਕਰੋੜਾਂ ਰੁਪਈਆ ਲੱਗ ਕੇ ਤਿਆਰ ਹੋ ਚੁੱਕਾ ਹੈ? ਸਰ, 2009 ਦੇ ਵਿੱਚ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਵੀ ਜਿੰਨਾ ਚਿਰ ਤੁਸੀਂ ਜਗ੍ਹਾ ਪ੍ਰੋਵਾਈਡ ਨਹੀਂ ਕਰਦੇ, ਜ਼ੋਨ ਨਹੀਂ ਬਣਾਉਂਦੇ, ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ। ਮਗਰ ਸਾਨੂੰ 9 ਸਾਲ ਹੋ ਗਏ ਕਾਰਪੋਰੇਸ਼ਨ ਦੇ ਤੱਕੇ ਖਾਂਦੇ ਆ, ਸਰਕਾਰ ਕੋਲੋਂ ਐਪਲੀਕੇਸ਼ਨਾਂ ਸਭ ਮੰਗ ਪੱਤਰ ਦਿੰਦੇ ਹੋਏ ਆ, ਅਤੇ ਪਿੱਛੇ ਜਦੋਂ ਲੋਕਡਾਊਨ ਤੋਂ ਪਹਿਲਾਂ ਇਹਨਾਂ ਨੇ ਸ਼ਹਿਰ 'ਚ ਰੇਹੜੀਆਂ ਬੰਦ ਕਰਾਤੀਆਂ ਸੀ, ਜਦੋਂ ਅਸੀਂ ਪ੍ਰੋਟੈਸਟ ਕੀਤੇ ਤਾਂ ਇਹਨਾਂ ਨੇ 64 ਜਿਹੜੇ ਆ ਸਾਈਡਾਂ ਨਿਰਧਾਰਿਤ ਕੀਤੀਆਂ ਵੀ ਇਹ ਇਹਨਾਂ ਨੂੰ ਦੇਣੇ ਆ, ਉਦੋਂ ਹਲਚਲ ਹੋਈ ਸੀ। ਉਸ ਤੋਂ ਬਾਅਦ ਗਲਾਡਾ ਨੇ ਤਾਂ ਆਪਣੀ ਥੋੜ੍ਹੀ ਬਹੁਤੀ ਜ਼ਿੰਮੇਵਾਰੀ ਪੂਰੀ ਕੀਤੀ, ਕਾਰਪੋਰੇਸ਼ਨ ਨੇ ਕੋਈ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ। ਅਸੀਂ ਮੱਥਾ ਮਾਰਦੇ ਰਹਿੰਦੇ ਹਾਂ, ਹੁਣ ਤੱਕ ਵੀ ਮੱਥਾ ਮਾਰਦੇ ਪਏ ਹਾਂ, ਅੱਗੇ ਵੀ ਮੱਥਾ ਮਾਰਾਂਗੇ। ਜਿੰਨਾ ਚਿਰ ਗਰੀਬ ਦਾ ਹੱਕ ਨਹੀਂ ਮਿਲਦਾ, ਮੈਂ ਬਾਲਕ੍ਰਿਸ਼ਨ ਪੱਪੀ, ਪ੍ਰਧਾਨ ਰੇਹੜੀ ਫੜੀ ਯੂਨੀਅਨ ਡਿਸਟ੍ਰਿਕਟ ਲੁਧਿਆਣਾ, ਲੜਾਈ ਕਾਫੀ ਸਮੇਂ ਤੋਂ ਚੱਲ ਰਹੀ ਹੈ ਅਤੇ ਇਹਨਾਂ ਦਾ ਹੱਕ ਮਾਰ ਕੇ ਬੈਠੇ ਆ। ਮੈਂ ਗਲਾਡਾ ਦੇ ਡਾਇਰੈਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਤੁਸੀਂ ਆ ਕਰੋੜਾਂ ਰੁਪਈਏ ਲਾ ਕੇ ਸ਼ੈੱਡ ਬਣਾਏ ਆ, ਇਹਨਾਂ ਵਿੱਚ ਸਟੀਲ ਵੈਂਡਰ ਬਿਠਾਓ। 74 ਜਿਹੜੇ ਬਣਾਏ ਆ ਕਰੋੜਾਂ ਰੁਪਈਏ ਲੱਗ ਗਏ ਆ, ਅਤੇ ਸਾਡੇ ਦੇ ਇਲਜ਼ਾਮ ਤੁਸੀਂ ਲਾਉਂਦੇ ਹੋ ਵੀ ਤੁਸੀਂ ਜਾਂਦੇ ਨਹੀਂ ਹੈਗੇ, ਰੇਹੜੀ ਫੜੀ ਯੂਨੀਅਨ ਜਿਹੜੀ ਹੈਗੀ ਆ ਸੰਗਠਨ, ਤੁਸੀਂ ਸਾਡੇ ਕੋਲ ਹੈਲਪ ਲਵੋ। ਅਸੀਂ ਸਟਰੀਟ ਵੈਂਡਰ, ਸਾਨੂੰ ਪਤਾ ਵੀ ਕਿਹੜੇ ਸਟਰੀਟ ਵੈਂਡਰ ਹੈਗੇ ਆ, ਅਸੀਂ ਲਿਆ ਕੇ ਬਿਠਾਉਂਦੇ ਹਾਂ। ਜਿਹੜੀ ਪਾਲਿਸੀ ਦੇ ਮੁਤਾਬਕ ਤੁਸੀਂ ਕੰਮ ਕਰੋ,
पॉलिसी के मुताबिक जिस तरह उन्होंने बिठाना उस तरह बिठाओ। यह नहीं भी चलो जी तुम बैठ जाओ, दूजे बंदे आ के बिच बैठ जाए, स्ट्रीट वेंडर फिर बार खड़ा हो जाए। असी कहने प्रशासन भी नाल हो, गलाडा के डायरैक्टर साहब भी नाल हो, नाल पुलिस डिपार्टमेंट हो, बकायदा कार्ड देख के उनकी लिस्ट बनाई जाए, लिस्ट बना के नंबर लाए जाण, एक दो तीन चार वो पर्ची पा के डब्बे दे विच कढ़ी जाए, भी कोई नूं ये ना महसूस हो मेरा कोई हेरा फेरी हुई है जां मेरा कोई धक्का होया। बिल्कुल उन्हां दी वेरीफिकेशन होवे वाकई वो रेड़ी फड़ी वाला हैगा या नहीं हैगा। 21,000 जिहड़ा वेंडिंग जोन सर्वे हो चुका होया, 21,000 लोग तो जिहड़े बने हुए आ, जिहड़े लोग भी जिन्ने कोई बैठ सकदे उन्ने बिठाणा साडा काम आ। पर हो की रहा इधर मैं रिक्वेस्ट करूँगा, कारपोरेशन की जगह पई आ, ये भी साइड जी साडे लई उन्होंने दिती गई हुई है, देखी गई है चौंट जोन दे विच, मगर कारपोरेशन ने अपनी कोई जिम्मेवारी नहीं निभाई। ये सो सानू क्रोचमेंट का इल्जाम लाते, क्रोचमेंट दे विच तां हर व्हीकल खड़ा है, सड़क के उत्ते तां हर व्हीकल है, लुधियाना खड़े ही क्रोचमेंट दे उत्ते। हाँ तो असी आप खुद चाहते हाँ भी असी सड़कों पर नहीं खड़ना चाहते, सानू बदनाम ना करो, असी रेहड़ी फड़ी यूनियन वायदा करते हैं, असी एक एक बंदा जोन च पहुँचावे, तो तुम मदद नहीं कर रहे, क्यों की कर रहे, जब साइडा देख लिया तो तुम क्यों नहीं बनाते, जे तुम पैसे की गल करते हो इदा करते हैं रेहड़ी फड़ी वाला अपना घर बेच के इतने जोन अपने साइडा बना लैंदा, तो तुम आके उन्होंने बिठाना, ये भी असी उस किराए कटांगे। सरकार का रेनुआ मरिया पाया जोड़ा जोन नहीं प्रोवाइड करते, असी सरकार रोन रेनुआ भी देने तैयार हैं, जो शैड बने हैं तो असी जो सा पॉलिसी के मुताबिक चार्ज है वो सरकार ने असी देना, असी तो सरकार की भी हेल्प कर रहे हैं, मगर हो की रहा कारपोरेशन दे जोन साढ़े इल्जाम लाती है, मगर मैं उन्होंने गल कहना चाहना भी जी करोड़ों रुपए की करप्शन शहर च हो रही है वो सब तो वड्डी मेन गल है, वही वेंडिंग जोन नहीं बनन दे रही। अक्सर गलबात होंदी रहिंदी है, तुहाडे कई लोग भी सानू कॉल करते हैं, अक्सर जो कारपोरेशन की तह बजारी टीम आके तुहाडियां रेहड़ियां चक्के ले जांदी है, वो रेहड़ियाँ चक्कन तो बाद तुहाडे वल्लों जदों सानू कॉल आती है भी बई जी वो रेहड़ियाँ नहीं छड़दे या रेहड़ी जे छड़दे ने कोई रसीद नहीं कटते, उनका की मामला? उनका मामला ये है भी कारपोरेशन दे विच बहुत वड्डा घोटाला, रसीद का घोटाला, जिहड़ा जुर्माने की रसीद जिहड़ी है कहिंदे आ ना भी ने कटदे नहीं हैगे, रेहड़ियाँ चुके लै गए किसी एम एल ए ने एक दो रेहड़ियाँ छुड़ा दी, किसी कौंसल ने एक दो रेहड़ी छोड़ी, अगर आम आदमी जाता वो कहता मेरी रसीद कट दे जुर्माना मैं गवर्नमेंट को देने तैयार हाँ, पर वो रसीद नहीं कटते, करप्शन का इन्होंने कितना सिस्टम बनाया हो मैं दसदा, करप्शन का सिस्टम इदा बनाया है भी उस बंद ने जो बंद ने रसीद मंगनी है वो बंद इन्होंने रेहड़ी देनी ही नहीं, तुम पैसे उन्होंने जेब ही पा दो रेहड़ी उस टाइम अद्धे घंटे घंटे बाद वापस ले आओ। भी जिहड़ा हुण इह जिहड़ा जोन बनया होया वेंडिंग जोन करोड़ रुपये लग के किन्ना क चिर हो गया जिहड़ा इदां ही उजाड़ पिया है? ये मेरा ख्याल एक साल तो हो गया, एक दो साल हो गए, दो साल तो ये इत्थे एज इट इज़ पिया वा, और तुहानू कोई इन्होंने नोटिफिकेशन नहीं दी, कोई इन्होंने तुहानू हाले तक अलॉटमेंट नहीं, कोई संगठन इन्होंने संपर्क नहीं किया, कोई इन्होंने साढ़े नाल गल नहीं की, ये साढ़े इल्जाम लाते भी बैठ देनी, मैं अज इत्थे खड़ा डायरैक्टर साहब आ हुण असी स्ट्रीट वेंडर दे दिंदे आ कार्ड दे दिंदे तुहानू बिठाओ असी बैठे नूं आ हुणे बैठे आ। ठीक है, जिमें कि पहला मुद्दा तुहाडा वेंडिंग जोन नूं लैके सीगा, दूसरा मुद्दा तुहाडा सीगा एक कारपोरेशन वाले जिहड़े तह बाजारी वाले नजायज़ रेहड़ी फड़ियां वाले नूं तंग करदे ने, और उहनां नूं जे पैसा लैणा भी है तो रसीदा नहीं कटदे। हाँ तो रसीदा वह उहनां दा हक है, वह कटनी चाहीदी, और तुहाडा भी हक है तुहानूं रसीद मिलनी चाहीदी है। ऑन कैमरा असी सारे जिन्ने भी अपने रेहड़ी फड़ियां वाले लुधियाने के एसोसीएशन के लोग ने ऑन कैमरा असी भी कह रहे हैं अगर कोई अजिहा काम हुंदा वा तुसी वीडियो बनाओ उन्हां दी रिकॉर्डिंग करो, नहीं सानू बुलाओ, भी अजिहे अगर कोई लोग तुहानू तंग करदे ने इन्हां लोकां दा बड़ा पर्दाफाश होना चाहिए। ठीक है, तुहानू असी मौका भी देंगे, हुण तुहानू उह लोग रंगे हत्थ फड़ावांगे जिहड़े बिना रसीदां तों अंदरों माल लैके आउंदे आ, वो भी तुहानू देंगे असी मौके ते बुलावांगे भी आ बंदा समान अंदरों लै, जग जाहिर होना चाहिए किहड़ा चोर है किहड़ा ठग है ते किहड़ा साध है। बिल्कुल, जे मेरा इल्जाम झूठा निकल जाए जो सज़ा हो मैं भुगतने तैयार हाँ, 110% मैं सच बोलता हमेशा, और शहर के रेहड़ी फड़ी वाले वास्ते कोई है तो वह है बालकृष्ण पप्पी। बालकृष्ण पप्पी जी एम एल एज नूं किसे नूं जाके मिले तुसीं इह अपना मुद्दा दस्सिया? सर मेरी गल सुनो, 5 साल सरकार रही पिछली कांग्रेस की, कांग्रेस के एम एल ए नूं भी मिले मैं, लास्ट टाइम तो चन्नी साहब आए थे उत्थे
ਬੱਗਾ ਜੀ ਦੇ ਏਰੀਆ ਦੇ ਆਏ ਸੀ ਤੇ ਮੈਂ ਐਮ ਐਲ ਏ ਸਾਹਿਬ ਨਾਲ ਕੀਤੀ ਮੈਂ ਕਿਹਾ ਜੀ ਸੀ ਐਮ ਸਾਹਿਬ ਆ ਰਹੇ ਆ ਉਸ ਟਾਈਮ ਟਾਈਮ ਰਹਿ ਗਿਆ ਸੀ ਮਹੀਨਾ ਮਹੀਨਾ ਰਹਿ ਗਿਆ ਸੀ ਅਤੇ ਐਮ ਐਲ ਏ ਨੇ ਵੀ ਕਿਹਾ ਚੱਲ ਭਾਈ ਤੈਨੂੰ ਮਿਲਾਉਂਦੇ ਹਾਂ ਉਹਨੇ ਵੀ ਜ਼ਿੰਮੇਵਾਰੀ ਨਿਭਾਈ ਚੰਨੀ ਸਾਹਿਬ ਕੋਲ ਗਿਆ ਸੀ ਮੈਂ ਕਿਹਾ ਜੀ ਤੁਸੀਂ ਆਟੋ ਵਾਲਿਆਂ ਵਾਸਤੇ ਕਰਤੀ ਲੋਸਮੈਂਟ ਵੀ ਪਰੇਸ਼ਾਨ ਨਹੀਂ ਕਰਨਾ ਅਤੇ ਸਾਡੇ ਰੇਹੜੀਆਂ ਵਾਲਿਆਂ ਵਾਸਤੇ ਇੰਨਾ ਬਰਬਾਦੀ ਹੋ ਜਾ ਰਹੀ ਹੈ ਸਾਡੇ ਲਈ ਵੀ ਕੁਛ ਕਰੋ ਉਹਨਾਂ ਨੇ ਉਸ ਮੰਚ ਦੇ ਉੱਤੋਂ ਇਹ ਗੱਲ ਕਹੀ ਸੀ ਵੀ ਤੁਸੀਂ ਰੇਹੜੀ ਵਾਲਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਮਗਰ ਗੱਲ ਕੀ ਸੀ ਉਹ ਮਹੀਨਾ ਇੱਕ ਰਹਿ ਗਿਆ ਸੀ ਹੁਣ ਸਰਕਾਰ ਹੋ ਗਈ ਚੇਂਜ ਹੁਣ ਅਸੀਂ ਇੱਥੇ ਦੇ ਐਮ ਐਲ ਏ ਨਾਲ ਵੀ ਮਿਲੇ ਹਾਂ ਇੱਕ ਮੈਂ ਹੋਰ ਤੁਹਾਨੂੰ ਨੌਲੇਜ ਲਾ ਦਿੰਦਾ ਇੱਕ ਦੱਖਣੀ ਹਲਕੇ ਦੀ ਰਜਿੰਦਰਪਾਲ ਕੌਰ ਛੀਨਾ ਐਮ ਐਲ ਏ ਆ ਉਹਨਾਂ ਨੇ ਮੇਰਾ ਮਿਲਿਆ ਉਹ ਇਸ ਕੰਮ 'ਚ ਬਹੁਤ ਐਕਟੀਵਿਟੀ ਨੇ ਉਹ ਇਸ ਕੰਮ ਨੂੰ ਬੜੀ ਮਤਲਬ ਗੰਭੀਰਤਾ ਨਾਲ ਲੈ ਕੇ ਚੱਲ ਰਹੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੋ ਸਕਦਾ ਹੁਣ ਸਾਡਾ ਜਿਹੜਾ ਕੰਮ ਹੈ ਥੋੜ੍ਹਾ ਜਿਹਾ ਫਤਿਹ ਹੁੰਦਾ ਪਰ ਦੇਖਾਂਗੇ ਹੁਣ ਸਮਾਂ ਅੱਗੇ ਦੱਸੇਗਾ ਕੀ ਹੈ ਇਹਦੇ ਵਿੱਚ ਉਹਨਾਂ ਤੋਂ ਇਲਾਵਾ ਕੋਈ ਹੋਰ ਐਮ ਐਲ ਏ ਨੂੰ ਵੀ ਮਿਲੇ ਸੀ ਤੁਸੀਂ ਸਰ ਸਾਰੇ ਐਮ ਐਲ ਏ ਨੂੰ ਪਤਾ ਜਦੋਂ ਅਸੀਂ ਪ੍ਰੋਟੈਸਟ ਕਰਦੇ ਪੰਜ ਪੰਜ ਸੱਤ ਸੱਤ ਹਜ਼ਾਰ ਬੰਦਾ ਆਪਣੀ ਆਵਾਜ਼ ਉਠਾਉਂਦਾ ਉਹ ਐਮ ਐਲ ਏ ਉਹਨਾਂ ਨੂੰ ਪਤਾ ਨਹੀਂ ਹੈ ਨਹੀਂ ਨਹੀਂ ਪਤਾ ਨਹੀਂ ਹੈ ਕਿ ਉਹ ਨਹੀਂ ਹੈ ਇਸ ਹਲਕੇ ਦੇ ਜਿੱਥੇ ਤੁਸੀਂ ਖੜੇ ਹੋ ਇਸ ਹਲਕੇ ਦੇ ਐਮ ਐਲ ਏ ਹੈਗੇ ਨੇ ਕੁਲਵੰਤ ਸਿੰਘ ਸਿੱਧੂ ਇਹਨਾਂ ਦਾ ਇੱਕ ਸਰਕਲ ਪ੍ਰਧਾਨ ਮੈਨੂੰ ਮਿਲਿਆ ਸੀ ਕੱਲ੍ਹ ਆਪਣਾ ਪਟਿਆਲਾ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਕਹਿੰਦਾ ਜੀ ਉੱਥੇ ਛੱਡ ਬਣੇ ਆ ਮੈਂ ਗੱਲ ਕਰੂੰਗਾ ਐਮ ਐਲ ਏ ਨਾਲ ਤੁਹਾਨੂੰ ਬੁਲਾ ਕੇ ਮੈਂ ਸਾਰਾ ਡਿਸੀਜਨ ਲੈਣਾ ਹੁਣ ਉੱਧਰੋਂ ਵੀ ਦੇਖਦੇ ਹਾਂ ਕੀ ਆਉਂਦੀ ਹੈ ਰਿਕੁਆਇਰਮੈਂਟ ਅਸੀਂ ਮਿਲਦੇ ਹਾਂ ਸਭ ਨੂੰ ਅਸੀਂ ਸਾਰੇ ਐਮ ਐਲ ਏ ਨੂੰ ਬੇਨਤੀ ਕਰਦੇ ਹਾਂ ਵੀ ਸਭ ਕੁਝ ਹੋਇਆ ਪਿਆ ਜੋ ਨਿਸ਼ਚਿਤ ਕੀਤੇ ਗਏ 64 ਜਗ੍ਹਾ ਦੇਖੀਆਂ ਗਈਆਂ ਅਤੇ ਆਪਣੇ ਆਪਣੇ ਏਰੀਆ ਸ਼ੁਰੂ ਕਰਾ ਦੇਣ ਇੱਥੇ ਇੱਦਾਂ ਦੇ ਕਿੰਨੇ ਕੁ ਵੈਂਡਿੰਗ ਜ਼ੋਨ ਨੇ ਜਿਹੜੇ ਲੁਧਿਆਣੇ ਸ਼ਹਿਰ 'ਚ ਬਣ ਕੇ ਤਿਆਰ ਖੜੇ ਨੇ ਬਣ ਵਰਧਮਾਨ ਮਿਲ ਇੱਕ ਹੈ ਹੋਰ ਕੋਈ ਨਹੀਂ ਇੱਕ ਹੰਬੜਾ ਦੇ ਸੀ ਉਹ ਵੀ ਵਿੱਚੇ ਰਹਿ ਗਿਆ ਹਾਂ ਉਹ ਬੰਦ ਪਿਆ ਬੰਦ ਪਿਆ ਉਹ ਬਣਿਆ ਨਹੀਂ ਯਾਨੀ ਦੋ ਵੈਂਡਿੰਗ ਜ਼ੋਨ ਇਹੋ ਜਿਹੇ ਜਿਹੜੇ ਕਰੋੜਾਂ ਰੁਪਏ ਲਾਗਤ ਨਾਲ ਤਿਆਰ ਖੜ ਕੇ ਖੜੇ ਨੇ ਉਜਾੜ ਬਣੇ ਹੋਏ ਹਾਂ ਉਹ ਜਿਹੜੇ 500 ਬੰਦੇ ਬਿਠਾਏ ਆ ਅੱਜ ਉਹ ਜਿਹੜੇ ਸੜਕਾਂ 'ਤੇ ਖੜੇ ਸੀ 500 ਬੰਦਾ ਉੱਥੇ ਅੰਦਰ ਚਲਾ ਗਿਆ ਨਾ ਅਕਰੋਚਮੈਂਟ ਹਟ ਗਈ ਨਾ ਜੇ ਉਹ ਸਟਾਰਟ ਹੋ ਚੁੱਕਾ ਵਰਧਮਾਨ ਸਟਾਰਟ ਬਹੁਤ ਹੋ ਗਿਆ 500 ਬੰਦਾ ਉੱਥੇ ਬੈਠਾ ਹੁਣ ਇੱਥੇ ਵਾਲਾ ਸਟਾਰਟ ਹੋਣਾ ਬਾਕੀ ਹੈ ਹਾਂ ਇੱਥੇ ਵਾਲਾ ਸਟਾਰਟ ਹੋਣਾ ਬੰਦ ਹੈ ਮੈਂ ਡਾਇਰੈਕਟਰ ਸਾਹਿਬ ਨੂੰ ਲਾਡੇ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਕੋਈ ਸੁਝਾਓ ਕੋਈ ਸਾਡੀ ਹੈਲਪ ਦੀ ਲੋੜ ਹੈ ਤੁਸੀਂ ਕਹਿੰਦੇ ਸਟਰੀਟ ਵੈਂਡਰ ਨਹੀਂ ਬੈਠਦਾ ਅਸੀਂ ਬਿਠਾ ਦਿੰਦੇ ਹਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਪ੍ਰਤਾਪ ਜੀ ਨੇ ਸਾਡੇ ਕਹਿਤਾ ਜੀ ਬਿਲਕੁਲ ਸਹੀ ਹੈ ਜੀ ਬਾਕੀ ਭ੍ਰਿਸ਼ਟਾਚਾਰ ਜਦੋਂ ਪਰੇਸ਼ਾਨ ਹੋਏ ਪਏ ਆ ਜੀ ਅਤੇ ਜਿਹੜਾ ਪਰਚੀ ਦਾ ਸੀਗਾ ਇਹ ਕੰਜਰਖਾਨਾ ਤਾਂ ਹਰੇਕ ਥਾਂ 'ਤੇ ਚੱਲ ਰਿਹਾ 1500-1500 ਰੁਪਇਆ ਰੇਹੜੀ ਵਾਲੇ ਤੋਂ ਮੰਗ ਰਹੇ ਆ 1500 ਰੁਪਏ ਕਾਹਦਾ ਮੰਗ ਰਹੇ ਨੇ ਉਹ ਦੁਕਾਨਾਂ ਲਗਾਉਣ ਦਾ ਕੋਈ ਰਸੀਦ ਦੇ ਰਹੇ ਨੇ ਕੋਈ ਰਸੀਦ ਨਹੀਂ ਦੇ ਰਹੇ ਬਸ 1500 ਰੁਪਏ ਜੋ ਜੇਬ 'ਚ ਜੇਬ 'ਚ ਪਾਓ ਅਤੇ ਮਹੀਨਾ ਉਹ ਬੰਦਾ ਠੀਕ ਆ ਇਲੀਗਲ ਆ ਫਿਰ ਉਸ ਤੋਂ ਬਾਅਦ ਅੱਜ ਵੀ ਦੇ ਰਹੇ ਹੋ ਤੁਸੀਂ ਨਹੀਂ ਸਾਡੇ ਕੋਲ ਤਾਂ ਜੀ ਆਉਂਦੇ ਨਹੀਂ ਅਸੀਂ ਕਿਉਂਕਿ ਡਾਂਗ ਖਾਣੀ ਮਨਜ਼ੂਰ ਆ ਅਸੀਂ ਰੇਹੜੀ ਨਾ ਤਾਂ ਪੈਸੇ ਦਈਏ ਅਤੇ ਨਾ ਪੈਸੇ ਦਵਾਈਏ ਠੀਕ ਹੈ ਜੀ ਜਾਂ ਪਿੱਛੇ ਆ ਸਿਲੰਡਰ ਇੱਥੇ ਟੈਂਕੀ ਦੇ ਉੱਤੇ ਸਿਲੰਡਰ ਵਾਲੇ ਖੜ੍ਹੇ ਆ ਉਹਨਾਂ ਨੂੰ ਕਹਿੰਦੇ ਜਾਂ ਤਾਂ ਮਹੀਨਾ ਦਿਓ ਜਾਂ ਉਹਦੇ ਸਿਲੰਡਰ ਲੈ ਕੇ ਉਹ ਕਹਿੰਦੇ ਮੈਂ ਮਹੀਨਾ ਦੇਣਾ ਮਨਜ਼ੂਰ ਕਰ ਲੂੰਗਾ ਸਿਲੰਡਰ ਲਿਆਇਆ ਹੈਗਾ ਆ ਗੋਲ ਗੱਪੇ ਟਿੱਕੀਆਂ ਰੇਹੜੀ ਲਾਉਂਦਾ ਵਿਚਾਰਾ ਚਾਹ ਦੇ ਇੱਕ ਚਾਹ ਦੇ ਲਾਉਂਦਾ ਇੱਕ ਟਿੱਕੀਆਂ ਹੀ ਲਾਉਂਦਾ ਹੁਣ ਇਹਨਾਂ ਤੋਂ ਵੱਧ ਕੇ ਕੀ ਕਰੀਏ ਬਿਲਕੁਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੇ ਲੋਕ ਮਿਹਨਤ ਮਜ਼ਦੂਰੀ ਖਾਣ ਵਾਲੇ ਲੋਕ ਨੇ ਕਰਕੇ ਖਾਣ ਵਾਲੇ ਲੋਕ ਨੇ ਅਕਸਰ ਉਹਨਾਂ ਨੂੰ ਹੀ ਦਬਾਇਆ ਜਾਂਦਾ ਵੈ ਬਟ ਹੁਣ ਦੇਖਣਾ ਇਹ ਆਊਗਾ ਵੀ ਇਹਦੇ ਵਿੱਚ ਕਿੰਨੀ ਕੁ ਠੱਲ ਪਾਉਂਦੀ ਹੈ ਸਰਕਾਰ ਜਿੱਥੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਆਮ ਆਦਮੀ ਪਾਰਟੀ ਹੀ ਅੱਜ ਰੋਡ ਦੇ ਉੱਤੇ ਲੋਕ ਖੜ੍ਹੇ ਹੋ ਕੇ ਗੁਹਾਰ ਲਗਾ ਰਹੇ ਨੇ ਵੀ ਇਹ ਵੈਂਡਿੰਗ ਜ਼ੋਨ ਸਟਾਰਟ ਕੀਤਾ ਜਾਵੇ ਅਜਿਹੇ ਲੁਧਿਆਣੇ ਸ਼ਹਿਰ ਦੇ ਵਿੱਚ ਵੱਖ ਵੱਖ ਵੈਂਡਿੰਗ ਜ਼ੋਨ ਸਟਾਰਟ ਕੀਤੇ ਜਾਣ ਤਾਂ ਕਿ ਜਿਹੜੇ ਰੇਹੜੀ ਫੜੀਆਂ ਵਾਲਿਆਂ ਨੂੰ ਰਾਹਤ ਮਿਲ ਸਕੇ ਔਰ ਸਰਕਾਰ ਦਾ ਰੈਵਨਿਊ ਜਨਰੇਟ ਹੋ ਸਕੇ ਜੋ ਮੰਥਲੀ ਬੇਸਿਸ 'ਤੇ ਬੰਦਾ ਅੱਜ ਜੋ ਮੰਥਲੀ ਬੇਸਿਸ ਦੇ ਉੱਤੇ ਰੈਵਨਿਊ ਦਾ ਲੋਸ ਹੋ ਰਿਹਾ ਕਿਤੇ ਨਾ ਕਿਤੇ ਸਰਕਾਰ ਦਾ ਵੀ ਨੁਕਸਾਨ ਹੈ ਜੁੜੇ ਰਹੋ ਕੈਮਰਾਮੈਨ ਮਨੋਜ ਦੇ ਨਾਲ ਸੁਸ਼ੀਲ ਮਚਾਲ ਦੀ ਰਿਪੋਰਟ ਲੁਧਿਆਣਾ ਲਾਈਵ